ਫਿਰੋਜ਼ਪੁਰ ਦੀ ਇੱਕ ਬਸਤੀ ਵਿੱਚ ਪੰਜਾਬ ਪੁਲਿਸ ਨੇ ਛਾਪੇਮਾਰੀ ਕੀਤੀ। ਪੁਲਿਸ ਦੇ ਹੱਥ ਨਸ਼ਾ ਤਾਂ ਨਹੀਂ ਲੱਗਿਆ, ਪਰ ਉਹਨਾਂ ਦੇ ਘਰ ਪਏ 1,27,000 ਰੁਪਏ ਚੱਕ ਲਿਆਂਦੇ। ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਪੀੜਿਤ ਪਰਿਵਾਰ ਦੇ ਹੱਕ ਵਿੱਚ ਨਿਤਰਾਇਆ। ਫਿਰੋਜ਼ਪੁਰ ਵਿੱਚ ਇੱਕ ਮਹਿਲਾ ਬਜ਼ੁਰਗ ਮੀਆਂ ਮੀਦਾ ਨਾਮੀ ਔਰਤ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਹਨਾਂ ਦੇ ਮੁਹੱਲੇ ਵਿੱਚ ਨਸ਼ੇ ਦੇ ਬਹਾਨੇ ਛਾਪੇਮਾਰੀ ਕੀਤੀ। ਮੁਹੱਲੇ ਵਿੱਚ ਕੁਝ ਨਾ ਮਿਲਣ 'ਤੇ ਉਹਨਾਂ ਦੇ ਘਰ ਦੀ ਤਲਾਸ਼ੀ ਦੌਰਾਨ ਘਰ ਪਏ 1,27,000 ਰੁਪਏ ਪੁਲਿਸ ਚੁੱਕ ਕੇ ਲੈ ਗਈ। ਪੀੜਿਤ ਔਰਤ ਦਾ ਕਹਿਣਾ ਸੀ ਕਿ ਉਹਨਾਂ ਨੇ ਆਪਣੀ ਜ਼ਮੀਨ ਵੇਚੀ ਸੀ। ਉਸ ਸਮੇਂ ਕਿਤੇ ਰੇਡ ਕੀਤਾ ਨਾ ਤੇ ਕਿਤੇ ਉਹਨਾਂ ਨੇ ਨਾ ਤਲਾਸ਼ੀ ਕੀਤੀ, ਤਲਾਸ਼ੀ ਕੀਤੀ ਤਾਂ ਕਰਜ਼ਾ ਰੁਪਏ ਜੇ ਕੱਢ ਗਏ। ਕਿੰਨੇ ਪੈਸੇ ਸੀ ਇਹਨਾਂ ਨੇ ਮੈਨੂੰ ਪਤਾ, ਕੁੜੀਆਂ ਕਿੰਨੇ ਵੇਚੀ ਕਿੰਨੇ ਨਹੀਂ ਵੇਚੀ। ਤੇ ਫਿਰ ਤੁਸੀਂ ਪੁਲਿਸ ਨੂੰ ਕਿਹਾ ਨਹੀਂ ਸਾਡੇ ਪੈਸੇ ਦਿਓ? ਉਹ ਜੀ ਵੱਖਰੀ ਕੁੜੀ ਉਹ ਬਾਜ਼ਾਰ ਗਈ ਸੀ ਤੇ ਦਵਾਈ ਆ ਜੀ ਲੈਣ, ਉਹ ਆਈ ਤਾਂ ਉਹਨੇ ਆ ਕੇ ਤਲਾਸ਼ੀ ਕੀਤੀ ਵਿੱਚ ਪੈਸੇ ਕੋਲ, ਮੈਂ ਆਪਦੇ ਵੱਖਰੇ ਘਰ ਆਏ ਤੇ MLA ਮੇਰੇ ਕੀ ਸਾਹਿਬ ਨੇ ਤੇ ਪੁਲਿਸ ਪੈਸੇ ਨਹੀਂ ਦਿੰਦੀ ਪਈ ਸੀ ਉਵੇਂ ਜਬਰੀ ਤੇ ਗੈਰ ਕਾਨੂੰਨੀ ਤੌਰ ਤੇ ਚੱਕ ਲਈ, ਜਿਸ ਬਾਰੇ ਉੱਚ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁਲਿਸ ਵਾਲਿਆਂ ਤੋਂ ਪੈਸੇ ਵਾਪਸ ਕਰਾਉਣ ਲਈ ਸ਼ਿਕਾਇਤ ਭੇਜ ਰਹੇ ਹਨ। ਅਤੇ ਉਹ ਜਿਹੜੇ ਉਸ ਮੁਹੱਲੇ ਦੇ ਲੋਕ ਮੇਰੇ ਕੋਲ ਆਏ ਸੀ, ਜਿਨ੍ਹਾਂ ਨੇ ਦੱਸਿਆ ਕਿ ਪੁਲਿਸ ਜਿਹੜੀ ਸੀ ਕੱਲ੍ਹ ਸਾਡੀ ਬਸਤੀ ਦੇ ਸ਼ੇਖਾਂ ਵਾਲੀ ਸਰਚ ਕਰ ਰਹੀ ਸੀ, ਕਈ ਘਰਾਂ ਦੀ ਸਰਚ ਕੀਤੀ ਉਹਨਾਂ ਨੇ। ਉਹਦੇ ਵਿੱਚ ਇਹ ਮਾਤਾ ਜਿਹੜਾ ਇਹਨਾਂ ਨੇ ਆਪਣਾ ਮਕਾਨ ਵੇਚਿਆ ਸੀ 29-30 ਮਈ ਨੂੰ 1,60,000 ਰੁਪਏ ਦਾ। 60,000 ਰੁਪਇਆ ਇਹਨਾਂ ਨੇ ਪਹਿਲਾਂ ਲਿਆ ਸੀਗਾ, 1,00,000 ਰੁਪਏ ਦੀ ਰਜਿਸਟਰੀ ਕਰਵਾਈ ਸੀ ਇਹਨਾਂ ਨੇ। ਉਹ ਜਿਹੜੇ ਪੈਸੇ ਸੀ ਮਾਤਾ ਦੇ ਕੋਲ ਪਏ ਸੀ ਉਹਨਾਂ ਦੇ ਘਰੇ, ਉਹ ਜਦੋਂ ਪੁਲਿਸ ਉੱਥੇ ਗਈ ਉਹਨਾਂ ਨੇ ਰੇਡ ਕੀਤੇ ਤਾਂ ਇਹਨਾਂ ਦੇ ਘਰੋਂ ਪੈਸੇ ਲੈ ਕੇ ਆ ਗਏ ਇੰਸਪੈਕਟਰ ਚੰਦਰ ਸ਼ੇਖਰ SHO ਸਿਟੀ। ਰਾਤ ਨੂੰ ਰੇਡ ਹੋਈ, ਇਹ ਮੇਰੇ ਕੋਲ ਦਿਨੇ ਕੋਈ 12:30 ਵਜੇ ਆਏ ਅਤੇ ਕਹਿੰਦੇ ਜੀ ਸਾਡੇ ਆਏ ਉਹਨਾਂ ਸਾਡੇ ਨਾਲ ਹੋ ਗਿਆ। ਮੈਂ ਜਦੋਂ ਪੁੱਛਿਆ, ਮੈਂ DSP ਨੂੰ ਬੁਲਾਇਆ ਕਿ ਇਸ ਕੀ ਗੱਲ, ਉਹਨੇ ਪੁੱਛਿਆ ਤੁਸੀਂ ਕੋਈ ਪੈਸੇ ਲੈ ਕੇ ਆਉਂਦੇ ਹੈ? ਅਤੇ ਜਦੋਂ ਉਹਨੂੰ ਵਾਰ ਵਾਰ ਪੁੱਛਣ ਤਾਂ ਉਹਨੇ ਕਿਹਾ ਹਾਂਜੀ ਲੈ ਕੇ ਆਉਂਦੇ ਹੈ। ਉਹਨੂੰ ਪੁੱਛਿਆ ਕਿ ਦੱਸਿਆ ਕਿਉਂ ਨਹੀਂ ਗਿਆ? ਉਹ ਚਾਹੁੰਦਾ ਸੀ ਇਹ ਪੈਸੇ ਦਬਾ ਜਾਣ, ਇਹ ਮੈਂ ਸਮਝਦਾ ਕਿ ਬੜੀ ਵੱਡੀ ਕਰਪਸ਼ਨ ਕਰ ਰਿਹਾ ਸੀ ਉਹ ਬੰਦਾ। ਫਿਰੋਜ਼ਪੁਰ ਤੋਂ ਜਗਦੀਸ਼ ਕੁਮਾਰ ਦੀ ਰਿਪੋਰਟ।